ਸਬ ਡਿਵੀਜ਼ਨ ਭਿੱਖੀ ਪਿੰਡ ਦੇ ਸੁਰ ਸਿੰਘ ਬਿਜਲੀ ਘਰ ਦੇ ਮੁਲਾਜ਼ਮਾਂ ਵੱਲੋਂ ਪਿੰਡ ਤੋਤਲੇ ਦੇ ਵਿੱਚ ਕੀਤੀ ਜਾ ਰਹੀ ਬਿਜਲੀ ਦੀ ਚੈਕਿੰਗ ਦੌਰਾਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵਿੱਚ ਹੋਈ ਤਕਰਾਰ ਤੋਂ ਬਾਅਦ ਬਿਜਲੀ ਬੋਰਡ ਦੀਆਂ ਸਾਰੇ ਜਥੇਬੰਦੀਆਂ ਨੇ ਧਰਨਾ ਲਾ ਦਿੱਤਾ। ਮੁਲਾਜ਼ਮਾਂ ਨਾਲ ਹੋਈ ਵਧੀਕੀ ਅਤੇ ਧਰਨੇ ਦੀ ਜਾਣਕਾਰੀ ਮਿਲਦੇ ਸਾਰ ਹੀ ਵਿਭਾਗ ਦੇ ਉੱਚ ਅਧਿਕਾਰੀ ਵੀ ਧਰਨੇ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਬਿਜਲੀ ਬੋਰਡ ਦੇ ਬੁਲਾਰਿਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਿਸਾਨ ਸ਼ਰੇਆਮ ਬਿਜਲੀ ਚੋਰੀ ਕਰ ਰਹੇ ਨੇ ਅਤੇ ਜਦ ਵੀ ਬਿਜਲੀ ਬੋਰਡ ਦੇ ਮੁਲਾਜ਼ਮ ਸਰਹੱਦੀ ਖੇਤਰਾਂ ਵਿੱਚ ਚੈਕਿੰਗ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਘੇਰ ਲਿਆ ਜਾਂਦਾ ਹੈ ਅਤੇ ਟਕਰਾਅ ਤੋਂ ਬਾਅਦ ਆਪਣੇ ਖਿਲਾਫ ਹੋਣ ਵਾਲੀ ਕਿਸੇ ਵੀ ਕਾਰਵਾਈ ਨੂੰ ਰੋਕਣ ਲਈ ਧਰਨਾ ਲਾ ਦਿੱਤਾ ਜਾਂਦਾ ਹੈ ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਵੀ ਬਿਜਲੀ ਦੀ ਚੋਰੀ ਰੋਕਣ ਲਈ ਗਏ ਮੁਲਾਜ਼ਮਾਂ ਨਾਲ ਕਿਸਾਨਾਂ ਨੇ ਵਧੀਕੀ ਕੀਤੀ ਸੀ ਜਿਸ ਕਰਕੇ ਉਹ ਇਸ ਪ੍ਰਦਰਸ਼ਨ ਨੂੰ ਕਰਨ ਲਈ ਮਜਬੂਰ ਹੋਏ ਨੇ। ਮੰਗਾਂ ਸਾਡੀਆਂ ਖਾਸ ਨਹੀਂ ਹਨ। ਤਰਨ ਤਾਰਨ ਦੇ ਵਿੱਚ ਬਿਜਲੀ ਚੋਰੀ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਉਸ ਚੋਰੀ ਨੂੰ ਰੋਕਣ ਵਾਸਤੇ ਅਸੀਂ ਸਪੈਸ਼ਲ ਇੱਕ ਮੁਹਿੰਮ ਚਾਲੂ ਕੀਤੀ ਆ। ਜਿਸ ਮੁਹਿੰਮ ਦੇ ਤਹਿਤ ਅੱਜ ਵੀ ਜਿਹੜੀ ਸੁਰ ਸਿੰਘ ਦੇ ਇਲਾਕੇ ਦੇ ਵਿੱਚ ਚੈਕਿੰਗ ਹੋਈ ਸੀ ਅਤੇ ਇੱਥੇ ਤਤਲੇ ਪਿੰਡ ਦੀਆਂ ਬੈਂਕਾਂ ਦੇ ਚੈਕਿੰਗ ਚੱਲਣ ਦੀ ਸੀ, ਉੱਥੇ ਕੁਛ ਪਬਲਿਕ ਦੇ ਲੋਕਾਂ ਵੱਲੋਂ ਜਿਹੜਾ ਇਸ ਗੱਲ ਦਾ ਵਿਰੋਧ ਕੀਤਾ ਗਿਆ। ਸਾਨੂੰ ਆਪਣੇ ਆਪ ਨੂੰ ਉਹ ਜ਼ਰੂਰ ਕਹਿੰਦੇ ਕਿਸਾਨ ਸੰਘਰਸ਼ ਕਮੇਟੀ, ਪਰ ਸਾਨੂੰ ਲੱਗਦਾ ਨਹੀਂ ਉਹ ਕਿਸਾਨ ਸੰਘਰਸ਼ ਕਮੇਟੀ ਨਾਲ ਜੁੜੇ ਹੋਏ ਨੇ, ਕਿਉਂਕਿ ਕਿਸਾਨ ਸੰਘਰਸ਼ ਕਮੇਟੀ ਨਾਲ ਪਿਛਲੇ ਹਫ਼ਤੇ ਮੇਰੀ ਗੱਲ ਹੋਈ ਸੀ। ਉਹ ਬਿਜਲੀ ਚੋਰਾਂ ਦਾ ਕੋਈ ਸਾਥ ਨਹੀਂ ਦਿੰਦੇ ਹੈਗੇ। ਉਹ ਕਹਿੰਦੇ ਨੇ ਵੀ ਅਸੀਂ ਆਪਣੇ ਤੌਰ 'ਤੇ ਜਿਹੜੀ ਆ ਆਪਣੇ ਬੰਦਿਆਂ ਨੂੰ ਸਮਝਾ ਦਿੱਤਾ ਵੀ ਕਿਸੇ ਵੀ ਬਿਜਲੀ ਚੋਰ ਦੀ ਕੋਈ ਮਦਦ ਨਹੀਂ ਆਉਣਾ ਅਤੇ ਨਾ ਹੀ ਜਿਹੜੀ ਆ ਬਿਜਲੀ ਚੋਰੀ ਕਰਨੀ ਆ। ਅਤੇ ਇਹ ਬੰਦੇ ਕੁਛ ਬੰਦੇ ਸੀ, ਇਹਨਾਂ ਬੰਦਿਆਂ ਨੇ ਫਿਰ ਆਪਣੇ ਲੋਕਲ ਲੈਵਲ ਦੇ ਬੰਦੇ ਇਕੱਠੇ ਕਰਕੇ ਸਾਡੇ ਬੰਦਿਆਂ ਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ, ਜਿਹਦੇ ਕਰਕੇ ਇਹਦੇ ਅਸੀਂ FIR ਦਰਜ ਕਰਨ ਵਾਸਤੇ ਜਿਹੜੀ ਕਾਰਵਾਈ ਸਾਡੇ ਬੰਦਿਆਂ ਨੇ ਚਾਲੂ ਕੀਤੀ ਸੀ। ਉੱਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਨਾਲ ਵਧੀਕੀ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਿਸ ਤੋਂ ਬਾਅਦ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਅੱਜ ਬਿਜਲੀ ਇੰਪਲਾਈ ਜਿਹੜੇ ਹੈਗੇ ਸੀਗੇ ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਸਵੇਰੇ ਉਹਨਾਂ ਨੇ ਚੈਕਿੰਗ 'ਤੇ ਗਏ ਸੀਗੇ ਅਤੇ ਉੱਥੇ ਜਾ ਕੇ ਇਹਨਾਂ ਦੇ ਦੱਸਣ ਮੁਤਾਬਕ, ਇਹਨਾਂ ਦੀ ਕੰਪਲੇਂਟ ਮੁਤਾਬਕ ਹੀ ਉਹ ਇਹਨਾਂ ਦੇ ਗੱਲ ਪਏ ਆ ਜਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ, ਇਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ। ਅਕੋਰਡਿੰਗਲੀ ਅਸੀਂ FIR ਇਹਨਾਂ ਦੀ ਕੰਪਲੇਂਟ ਲੈ ਕੇ ਅਤੇ ਭਿੱਖੀ ਪਿੰਡ ਥਾਣੇ FIR ਦਰਜ ਕਰ ਦਿੱਤੀ ਆ ਅਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਜਿਹੜੇ ਦੋਸ਼ੀ ਹੈਗੇ ਉਹ ਇਹਨਾਂ ਨੂੰ ਗ੍ਰਿਫਤਾਰ ਕੀਤੇ ਜਾਣਗੇ। ਦੇਖੋ ਇਹਦੇ ਵਿੱਚ ਇਨਕੁਆਇਰੀ ਅਸੀਂ ਕਰ ਰਹੀ ਹੈ, FIR ਲੌਜ ਹੋ ਗਈ ਹੈ, ਜਿਹੜੇ ਦਹਾਕੀ ਦੋਸ਼ੀ ਹੋਣਗੇ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਕਿਸਾਨਾਂ ਵੱਲੋਂ ਕਿਸੇ ਵਿਭਾਗ ਦੇ ਅਧਿਕਾਰੀਆਂ ਨਾਲ ਵਧੀਕੀ ਕੀਤੀ ਗਈ ਹੋਵੇ। ਭਿੱਖੀ ਪਿੰਡ ਤੋਂ ਜਸਬੀਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। Pyramid ਵੀਜ਼ਾ ਇੱਕ ਵਧੀਆ ਜ਼ਿੰਦਗੀ।